केंद्रीय मंत्रिमंडल से केंद्र सरकार के कर्मचारियों के पेंशनर के हक महंगाई भत्ते चार प्रतिशत बाधे गया फैसला नॉन नानगजट रेल कर्मचारियों की थोग ठरे दिन का बोनस बड़ी चुनौतियां नारको आतंकवाद मनोवैज्ञानिक युद्ध प्रभावी ढंगे सिर इने द् जा बनकदा परता उपराज्यपाल ने पुलिस की दिता निर्देश विध्वंसक तत्व के खिलाफ यकीनी बनाया जा जीरो टॉलरेंस ਜੰਮੂ ਕਸ਼ਮੀਰ ਚ ਬਚੇ ਦੇ ਆਤੰਕਵਾਦ ਦੇ ਖਾਤਮੇ ਲਈ 40 ਪੁਲਿਸ ਸਟੇਸ਼ਨ ਦੀ ਮੋਹਿਆ ਕਰਾਈ ਗਈ ਪਹਿਲਾਂ ਨਵੇਂ ਗੈਜਟ ਤੇ ਹਥਿਆਰ ਆਖਿਆ ਡੀਜੀਪੀ ਦਿਲਵਾਕ ਸਿੰਘ ਹੋਰ ਹੈ ਤੇ ਭਾਰਤ ਸਭਨੇ ਥਾਂ ਮਾਤ ਰਿਖੇ ਵਿਕਾਸ ਵਾਲੀ ਅਰਥ ਵਿਵਸਥਾਈ ਚ ਇੱਕ ਖਾਸ ਕਰੀਏ ਫੂਡ ਪ੍ਰੋਸੈਸਿੰਗ ਸੈਕਟਰ ਚ ਆਖਿਆ ਰਾਜੇ ਮੰਤਰੀ ਪ੍ਰਲਾਦ ਸਿੰਘ ਪਟੇਲ ਹੋਰ ਹੈ ਨਮਸਕਾਰ ਡੌਰੀ ਖਬਰ ਦੇ ਇਸ ਬੁਲੇਟਿਨ 'ਚ ਤੁਹਾਨੂੰ ਦਾ ਸਵਾਗਤ ਹੈ ਪੇਸ਼ ਨ ਖਬਰਾਂ ਤਫਸੀਲ ਕਰਨ ਹੈ ਕੇਂਦਰੀ ਮੰਤਰੀ ਮੰਡਲ ਨੇ ਕੇਂਦਰ ਸਰਕਾਰ ਦੇ ਮੁਲਾਜ਼ਮੇ ਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ 'ਚ 4% ਦਾ ਵਾਅਦਾ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਇਹਦੇ ਕਰਨੇ ਕੇਂਦਰ ਸਰਕਾਰ ਦੀ ਕੋਈ 100 ਕਰੋ 1 ਕਰੋੜ ਸ਼ਮਤੀ ਮੁਲਾਜ਼ਮੇ ਤੇ ਪੈਨਸ਼ਨਰਾਂ ਗੀ ਫਾਇਦਾ ਪੂਜੋਗ ਜਿਹੜਾ 1 ਜੁਲਾਈ 2023 ਥਾਂ ਲਾਗੂ ਹੋਗ ਅੱਜ ਪੱਤਰਕਾਰਾਂ ਗੀ ਸਮੋਦਿਤ ਕਰਦੇ ਹੋਈ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕਰੋ ਰਹਿ ਮੰਤਰੀ ਮੰਡਲ ਦੇ ਫੈਸਲੇ ਦੀ ਜਾਣਕਾਰੀ ਦਿੰਦੋਈ ਆਖਿਆ ਜੀ ਰੇਲਵੇ ਦੇ ਨਾਨ ਗਸਟਡ ਅਧਿਕਾਰੀਆਂ ਗੀ 78 ਦਿਨੇ ਦਾ उन्हें आखिया मंत्रिमंडल ने दो हजार चौबीस पंजी वरे आड़ी फसले दे फसलें घट्ट समर्थन मूल्य करने की भी मंजूरी दे दी है करोड़ों सरकारी कर्मचारी जो केंद्र सरकार के और पेंशनर्स उनको लाभ मिलेगा यह वृद्धि अब कुल मिलाकर देखा जाए तो 42 परसेंट से बढ़ाकर 46 परसेंट हो जाएगी जब 4 परसेंट बढ़ोतरी हुई दूसरा निर्णय रेलवे विभाग के नॉन रेल कर्मियों के हित में है और जैसा कि दशहरा नजदीक आ रहा है 24 अक्टूबर को और त्योहारों का सीजन तो 11 लाख सात हजार तीन नॉन गेजेड एम्प्लॉयज रेलवे के इनके लिए 78 दिन का बोनस तय किया गया है यानी कि अठहत्तर दिन की जो उनकी सैलरी है उसके बराबर उनको बोनस देने का तय हुआ तीसरा निर्णय जो देश के किसानों से जुड़ा हुआ है वो भी मैं कहूंगा रबी की फसल जो छह फसलें हैं उसका न्यूनतम समर्थन मूल्य यानी कि एमएसपी को निर्धारित करने का निर्णय किया गया हमारी कमिटमेंट थी कि डेढ़ गुना हम किसानों की आय करेंगे उसके प्रति मोदी सरकार पूरी तरह से प्रतिबद्ध है ਉੰਦੇ ਤਿਆਰੀਆਂ ਸ਼ਾ ਪਹਿਲੇ ਕੇਂਦਰ ਨੇ ਗਰੁੱਪ ਸੀ ਤੇ ਗਰੁੱਪ ਬੀ ਦੇ ਨਾਨ ਗ੍ਰੈਡਿਡ ਅਧਿਕਾਰੀ ਲਈ ਬੋਨਸ ਦੀ ਕੋਸ਼ਨਾ ਕੀਤੀ ਹੈ ਇਹਦੀ ਵੱਧ ਤੋਂ ਵੱਧ ਸੀਮਾ 7000 ਰੁਪਏ ਰੱਖੀ ਗਈ ਹੈ ਇਸ ਵਾਰ ਇਹ ਅਧਿਕਾਰਿਕ ਤੌਰ ਪਰ ਖਜ਼ਾਨਾ ਮੰਤਰਾਲੇ ਨੇ ਆਖਿਆ ਜੇ ਇਹ ਬੋਨਸ ਕੇਂਦਰ ਸਰਕਾਰ ਦੇ ਕਰਮਚਾਰੀ ਲਈ 2022-2023 ਬਰੇ ਆਸਤੇ ਹੈ 30 ਦਿਨ ਦੇ ਪੱਤੇ ਬਰਾਬਰ ਹੈ ਇਸ ਹੁਕਮ ਤਹਿਤ ਐਡੋਗ ਬੋਨਸ ਵੀ ਕੇਂਦਰੀ ਨੀਮ ਫੌਜੀ ਬਲੇ ਤੇ ਹਥਿਆਰਬੰਦ ਬਲੇ ਦੇ ਯੋਗ ਅਧਿਕਾਰੀਆਂ ਕੀ ਦਿੱਤਾ ਜਾਗ ਰੱਖਿਆ ਮੰਤਰੀ ਰਾਜਨਾ ਸਿੰਘ ਹੋਰੇ 19ਵੀਂ ਏਸ਼ੀਅਨ ਖੇਡਾਂ 'ਚ ਤਮਗੇ ਜਿੱਤਣ ਵਾਲੇ ਹਥਿਆਰਬੰਦ ਬਲੇ ਦੇ ਖਿਡਾਰੀਆਂ ਲਈ ਮੰਗਲਵਾਰੇ ਨਗਦ ਇਨਾਮ ਦੀ ਕੋਸ਼ਿਸ਼ ਨ ਕੀਤੀ ਉਹਨੇ ਅਖਿਆ ਜੀ ਸੋਨੇ ਦਾ ਤਮਗਾ ਜਿੱਤਣ ਵਾਲੇਗੀ 5 ਲੱਖ ਰੁਪਏ ਚਾਂਦੀ ਦਾ ਤਮਗਾ ਜਿੱਤਣ ਵਾਲੇਗੀ 15 ਲੱਖ ਰੁਪਏ ਤੇ ਕਾਂ ਦਾ ਤਮਗਾ ਜਿੱਤਣ ਵਾਲੇਗੀ 10 ਲੱਖ ਰੁਪਏ ਨਗਦ ਇਨਾਮ ਦੇ ਤੌਰ ਪਰ ਦਿੱਤੇ ਜਾਣਗਣ ਨਵੀਂ ਦਿੱਲੀ ਚ ਇਨੇ ਖਿਡਾਰੀਆਂ ਲਈ ਲੁਆਏ ਗਏ ਦੇ ਸਨਮਾਨ ਸਮਾਰੋਹ ਦੌਰਾਨ ਮੰਤਰੀ ਉਹਨਾਂ ਨਾਸ਼ੜਾ ਜਿੱਤਣ ਵਾਲੇ ਖਿਡਾਰੀਆਂ ਦੀ ਪ੍ਰਸ਼ੰਸਾ ਕੀਤੀ ਸੋਗਾ ਉਹਨੇ ਖਿਡਾਰੀਆਂ ਦਾ ਵੀ ਦਿਲ ਜਿਤਾਇਆ ਤੇ ਵਧਾਇਆ ਜਿਨੇ ਪੂਰੀ ਮਿਹਨਤ ਕੀਤੀ ਪਰ ਥੋੜੀ ਕਸਰ ਰਹੀ ਜਾਏ ਕਾਰਨ ਤਮਗਾ ਨਹੀਂ ਜਿੱਤੀ ਸਕੇ ਫਿਰ ਵੀ ਰੱਖਿਆ ਮੰਤਰਾਲੇ ਪਰਿਵਾਰ ਕੀ ਔਰ ਸ मैं यह घोषणा करना चाहता हूं कि सभी गोल्ड मेडल विजेताओं को 25 लाख रुपए सिल्वर मेडल विजेताओं को 15 लाख रुपए और ब्रांज मेडल विजेताओं को 10 लाख रुपए दिए जाएंगे उपराज्यपाल मनोज सिन्हा जी नारको आतंकवाद से मनोवैज्ञानिक युग अज बड़ी बड़ी चुनौतियों के तौर पर उभरा करते हैं तो पुलिस की होरने सुरक्षा बलों का इन्हें चुनौतियों का सामना असरदार ढंगे सर करना होगा ਉਹ ਉਤਰੀ ਜ਼ਿਲੀ ਬਾਰਾਮੁਲਾ ਦੇ ਸ਼੍ਰੀ ਲਾਕੇ 6510 ਨਵੇਂ ਰੰਗਰੂਟੇ ਦੀ ਪਾਸਿੰਗ ਆਊਟ ਪਰੇਡਸ ਬੋਲਾ ਕਰਦੇ ਹੀ ਸ਼੍ਰੀ ਸੀਨਵ ਰਾਇਖਿਆ ਜੀ ਅਤੰਗਵਾਦ ਮਾਨਵਤਾ ਹਸਤੇ ਬੜੀ ਵੱਡੀ ਚੁਣੌਤੀ ਹੈ ਜਿਸ ਲਈ ਕਿ ਜੰਮੂ ਕਸ਼ਮੀਰ ਪੁਲਸ ਦਾ ਮੁੱਖ ਲਕਸ਼ਿਅ ਅਤੰਗਵਾਦੀ ਸਭ ਨੇ ਰੂਪੇ ਕੀ ਜੜੇ ਥਮਾ ਪੁੱਟੀ ਸੋਟਣਾ ਹੈ ਜੰਮੂ ਕਸ਼ਮੀਰ ਪੁਲਸ ਦੀ ਮਤੇ ਮੋਰਚੀ ਪਰ ਸੰਘਰਸ਼ ਦੀ ਸਰਾਹਨਾ ਕਰਦੇ ਉਪਰਾਜੇ ਪਾਲੋ ਰਾਇਖਿਆ ਜੀ ਜੰਮੂ ਕਸ਼ਮੀਰ ਪੁਲਸ ਚ ਭਰਪੂਰ ਪ੍ਰਤਿਭਾ ਹੈ ਤੇ ਇਨ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਮਾਨ ਮਰਿਆਦਾ ਦੀ ਰੱਖਿਆ ਆਸਤੇ ਕੋਈ ਕਸਰ ਬਾਕੀ ਨਹੀਂ ਛੋੜੀ ਉਨ੍ਹਾਂ ਆਖਿਆ ਜੀ ਪਿਛਲੇ ਤ੍ਰਾਂ ਬਰੇਂਚ ਚ ਆਲਾਚ ਬੜੀ ਮਤੀ ਤਬਦੀਲੀ ਆਈ ਹੈ ਤੇ ਆਮ ਆਦਮੀ ਰਮਾਨਦਾਰੀ ala ਜਿੰਦ ਜੀਆ ਕਰਦੇ ਨੇ ਉਹ ਉਹਨੇ ਅਖਿਆ ਜੀ ਕਿ ਸ਼ਿਵ ਵਿਧਵੰਸ਼ਕ ਤੱਤ ਗਰੀਮ ਲੋਕੇ ਦੀ ਸ਼ਾਂਤੀ ਕਰਨਿਆ ਜੀਵਨ ਜਿੰਦੇ ਦਿਖੀਏ ਖੁਸ਼ ਨਹੀਂ ਹੈ ਨ ਤੇ ਉਹਨੇ ਸ਼ਾਂਤੀ ਪੰਗ ਕਰਨੇ ਵਾਸਤੇ ਆਪਣੀ ਭੂਮਿਕਾ ਨਿਭਾਉਣਾ ਜਾਰੀ ਰੱਖੇ ਰਹਾ ਉਹਨੇ ਵੀ ਅਖਿਆ ਜੀ ਐਮਨੀ ਵਿਰੋਧੀ ਤੱਤਵੀ ਖਿਲਾਫ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾ ਲਈ ਲੋਟਦੀ ਹੈ ਉਪਰਾਜੀਪਾਲ ਹੋ ਰਹੇ ਇਸ ਮੌਕੇ ਆਪਣਾ ਬਲੀਦਾਨ ਦੇਣ ਵਾਲੇ ਡੀਐਸਪੀ ਹਮਾਇਉ ਭੱਟ ਤੇ ਉਹਨੇ ਪੁਲਿਸ ਕਰਮੀ ਸ਼ੀਦਿੰਗੀ ਪਾਪਰੋਚੀ ਸ਼ਰਧਾਂਜਲੀ ਅਰਪਿਤ ਕੀਤੀ ਉਹਨੇ ਆਖਿਆ ਜੀ ਜੰਮੂ ਕਸ਼ਮੀਰ ਪੁਲਿਸ ਤੇ ਸਮੁੱਚਾ ਰਾਸ਼ਟਰ ਦੇਸ਼ਾਂ ਦੀ ਮਾਤਰ ਭੂਮੀ ਆਸਤੇਆ ਜਾਨਾ ਕੁਰਬਾਨ ਕਰਨ ਵਾਲੇ ਨਾਇਕੀ ਦਾ ਰਣੀ ਹੈ ਪੁਲਿਸ ਮਹਾਂ ਦਿਸ਼ਕ ਦਿਲਵਕ ਸਿੰਘ ਹੋਰ ਆਖਿਆ ਜੀ ਸਮਰਥਨ ਵਧਾਉਣ ਲਈ ਮਹਿੰਮ ਦੇ ਤਹਿਤ ਜੰਮੂ ਕਸ਼ਮੀਰ ਦੀ ਕਟੂਕਟ 43 ਪੁਲਿਸ ਥਾਣੇ ਦੀ ਅਜੇ ਕਲੇ ਦੀ ਉਪਕਰਨ ਤੇ ਹੋਰ ਦੁਈਆਂ ਆਧੁਨਿਕ ਸੁਵਿਧਾ ਉਪਲਬਧ ਕਰਵਾਈਆਂ ਗਈਆਂ ਤਾਂ ਜੀ ਉਹ ਆਪਣੇ ਆਪਣੇ ਅਧਿਕਾਰ ਖੇਤਰ ਚ ਅਤੰਗਬਾਦੀ ਪਲਿਆ ਜਿਹੜਾ तमाम कायदे ਨੇ ਬਾਰਾਮੂਲਾ ਦੀ ਸ਼੍ਰੀ ਲਾਕੇ ਚ ਇੱਕ ਪਾਸਿੰਗ ਆਊਟ ਪ੍ਰੇਡ ਦੀ ਸੰਬੋਧਿਤ ਕਰਦੇ ਉਹਨੇ ਆਖਿਆ ਜੀ ਜੰਮੂ ਕਸ਼ਮੀਰ ਪੁਲਿਸ ਨੇ ਸਮਰਥਨ ਵਧਾਉਣ ਦੇ ਹਾਸਤੇ ਮੁਹਿੰਮ ਸ਼ੁਰੂ ਕੀਤੀ ਦੀ ਹੈ ਇਹਦੇ ਤਹਿਤ ਇੱਕ ਹੀ ਥਾਣੇ ਕੀ ਆਂਦਾ ਗਿਆ ਹੈ ਤੇ ਉਹਨੇ ਕੀ ਅਤੰਗਵਾਦ ਖਿਲਾਫ ਲੜਨ ਦੇ ਹਾਸਤੇ ਅੱਜ ਕੱਲ੍ਹ ਦੇ ਉਪਕਰਨ ਤੇ ਹਥਿਆਰ ਉਪਲਬਧ ਕਰਵਾਏ ਗਏ ਨੇ ਉਹਨੇ ਆਖਿਆ ਜੀ ਇਹਦੇ ਤਹਿਤ ਬਈਂ ਔਰ ਥਾਣੇ ਕੀ ਆਂਿਆ ਗਿਆ ਪਿਛਲੇ ਤਰ੍ਹਾਂ ਦਾ ਕੇ ਦੌਰਾਨ ਬਖ ਬਖ ਮੁਹਿੰਮ ਚ ਆਪਣੀ ਜਿੰਦੂ ਦਾ ਸਰਵੋੱਚ ਬਲੀਦਾਨ ਦੇਣ ਵਾਲੇ 1601 ਪੁਲਿਸ ਅਧਿਕਾਰੀਆਂ ਕੀ ਤੇ ਪੁਲਿਸ ਵਾਲਿਆਂ ਕੀ ਸ਼ਰਧਾਂਜਲੀ ਦਿਨਦੇ ਉਹਨੇ ਆਖਿਆ ਥ ਇਸ ਸਾਲ 14000 ਨਵੇਂ ਪੁਲਿਸ ਕਰਮੀਆਂ ਦੀ ਸਿਖਲਾਈ ਦਿੱਤੀ ਗਈ ਹੈ ਜਿੰਦੇ ਚ 1800 ਕਮਾਂਡੋ ਟ੍ਰੇਨਿੰਗ ਦਿੱਤੀ ਗਈ ਹੈ ਉਹਨੇ ਆਖਿਆ ਜੀ ਜੰਮੂ ਕਸ਼ਮੀਰ ਚ ਸ਼ਾਂਤੀ ਉਹਨੇ ਦੇ ਬਾਵਜੂਦ ਹਰ ਚੁਣੌਤੀ ਦਾ ਦਲੇਰੀ ਕਰਨੇ ਸਾਹਮਣਾ ਕਰਨ ਲਈ ਜੰਮੂ ਕਸ਼ਮੀਰ ਪੁਲਿਸ ਪ੍ਰਤੀਬੱਧ ਹੈ ਤਾਂ ਜੀ ਇਹ ਇਰਮਾਨਦਾਰੀ ਅਗਿਆਵੀ ਬਣੀ ਰਵੇ ਉਹਨਾ ਨਵੇਂ ਪਾਸ ਆਊਟ ਹੋਏ ਦੀ ਪੁਲਿਸ ਕਰਮੀਆਂ ਦੀ ਮੁਬਾਰਕਬਾਦ ਦਿੱਤੀ ਤੇ ਭਵਿੱਖ ਦੀਆਂ ਚੁਣੌਤੀਆਂ ਲਈ ਸ਼ੁਭ ਕਾਮਨਾ ਵੀ ਦਿੱਤੀਆਂ ਰੱਖਿਆ ਮੰਤਰੀ ਰਾਜਨਾ ਸਿੰਘ ਉਹ ਰਾਖਿਆ ਜੀ ਗੈਰ ਪਰੰਪਰਾਗਤੀ ਅਸਮਮਿਤ ਯੁੱਧ ਜਿੰਦੇ ਚ ਸੰਕਰ ਯੁੱਧ ਵੀ ਸ਼ਾਮਲ ਹੈ ਪਵਿੱਖ ਦੇ ਪਰੰਪਰਾਗਤ ਯੁੱਧ ਔਂਗਣ ਉਹਨੇ ਸਸ਼ਤਰ ਬਲੇ ਕੀ ਆਖਿਆ ਜੀ ਉਹ ਬਦਲਦੀ ਸੁਰੱਖਿਆ ਗਤੀਸ਼ੀਲਤਾ ਕੀ ਧਿਆਨ ਚ ਰੱਖਦੇ ਹੋਈ ਗਿਆ ਆਪਣੀ ਯੋਜਨਾ ਤੇ ਰਣਨੀਤੀ ਬਣਾਣ ਤੇ ਤਿਆਰ ਕਰਨ ਮੰਤਰੀ ਔਰ ਨਵੀਂ ਦਿੱਲੀ ਚ ਸੈਨਾ ਦੇ ਕਮਾਂਡਰ ਦੇ ਸਮੇਲਨ ਚ ਬੋਲਾ ਕਰਦੇ ਹੀ ਉਤਰੀ ਬੰਨੇ ਪਰ ਇਸਲੇ ਬਣੀ ਦੀ ਸਥਿਤੀ ਪਰ ਟਿੱਪਣੀ ਕਰਦੇ ਹੋਏ ਸ਼੍ਰੀ ਸਿੰਘ ਹੋ ਰਹੇ ਕੁਸੈ ਵੀ ਕਿਸਮ ਦੀ ਚਾਂਚਕ ਸਥਿਤੀ ਪੈਦਾ ਹੋਈ ਜਾਣੀ ਦੀ ਸੂਚ ਸੈਨਾ ਦੀ ਸਕਸ਼ਮਤਾ ਪਰ ਪੂਰਾ ਭਰੋਸਾ ਜਤਾਇਆ ਉਹਨੇ ਆਖਿਆ ਜੀ ਆਲਾ ਦੇ ਸ਼ਾਂਤੀਪੂਰਨ ਨਵੇੜੇ ਹਸਤੇ ਸਭ ਨੇ ਸਤਰ ਉਪਰ ਕੀਤੀ ਜਾ ਕੇ ਦੀਆਂ ਵਾਰਤਾ ਜਾਰੀ ਰੋਂਗਨ ਪਸ਼ਮੀ ਬੰਨੇ ਦੇ ਆਲਾ ਦੀ ਗੱਲ ਆਂਦੇ ਹੋਈ ਉਹਨੇ ਬੰਨੇ ਪਾਰ ਅਤੰਗਵਾਦ ਦੀ ਸੈਨਾ ਅਸੇ ਦਿੱਤੇ ਜਾ ਕੇ ਦੇ ਬੰਕ ਦੇ ਪਰਤੇ ਦੀ ਸراہਨਾ ਕੀਤੀ ਉਹਨੇ ਆਖਿਆ ਜੀ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਸਾਂਝੀ ਤੌਰ ਪਰ ਜਲਾਇ ਜਾ ਕਰਦੇ ਬਕਬਕ ਅਭਿਆਨੇ ਕਰਨਾ ਹੈ ਇਲਾਕੇ ਚ ਰਮਾਨਦਾਰੀ ਤੇ ਸਥਿਰਤਾ ਬਦਾਨੇ ਚ ਮਦਦ ਥ ਪਾਕਿਸਤਾਨ ਨੇ ਜੰਮੂ ਜ਼ਿਲ੍ਹੇ ਦੇ ਅਰਨਿਆ ਖੇਤਰ 'ਚ ਜੰਦੀਰਾਤੀ ਅੰਤਰਰਾਸ਼ਟਰੀ ਬੰਨੇ ਪਰ ਸੀਐਸਫਾਇਰ ਦੀ ਖਿਲਾਵਰਜੀ ਕਰਦੇ ਹੋਏ ਵਿਜਨ ਕੁਸਾ ਉਕਸਾਵੇ ਦੀ ਕਾਰਵਾਈ ਦੇ ਚਾਂਚਕ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਹਦੇ ਕਾਰਨ ਸੀਮਾ ਸੁਰੱਖਿਆ ਬਲ ਦੇ ਦੋ ਜਵਾਨ ਜ਼ਖਮੀ ਹੋ ਗਏ ਜ਼ਖਮੀ ਹੋਣ ਵਾਲੇ ਦੋ ਸਾਥੀ ਜਵਾਨ ਨੇ ਉਨੇਗੀ ਵਿਕਰਮ ਪੋਸਟ ਖਮਾ ਗਵਰਨਮੈਂਟ ਮੈਡੀਕਲ ਕਾਲਜ ਹਸਪਤਾਲ ਪਹੁੰਚਾਇਆ ਜਿੱਥੇ ਉਹਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਜਖਮੀਆਂ ਨੇਲੇ ਜਵਾਨੇ ਦੀ ਪਛਾਣ ਆਲੋਕ ਸਾਹਾ ਤੇ ਸੁਜੀਤ ਵਿਸ਼ਵਾਸ ਦੇ ਤੌਰ ਪਰ ਕੀਤੀ ਗਈ ਹੈ ਤੇ ਦਮੇ ਜਨੇ ਪੱਛਮ ਬੰਗਾਲ ਦੇ ਰੋਣੀ ਵਾਲੇ ਨੇ ਰਜੋਰੀ ਤੇ ਪੁੰਛ ਜ਼ਿਲ੍ਹੇ ਚ ਕਬਜ਼ਾ ਰੇਖਾ ਪਰੇ ਅਜੇ ਕੀ ਅਤੰਗਵਾਦੀ ਹਸਿਆ ਅਗਸਪੈਡ ਦੇ ਇਤਨੇ ਕੀ ਸੈਨਾ ਹਸਿਆ ਮਤੀਬਾਰੀ ਨਾਕਾਮ ਕੀਤਾ ਗਿਆ ਪਰ ਜੰਗਬੰਦੀ ਜਾਰੀ ਹੈ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਔਰ ਅਜ ਇਜ਼ਰਾਈਲ ਪੁਝੇ ਉਹਦਾ ਇਹ ਦੌਰਾ ਹਮਾਸ ਅਤੰਗਵਾਦੀ ਹਸਿਆ ਕੀਤੇ ਗਏ ਦੇ ਅਮਲੇ ਦੇ ਮਗਰਾ ਉਥੋਂ ਦੇ ਲੋਕੇ ਕੰਨੇ ਆਪਣਾ ਸਮਰਥਨ ਜ਼ਾਹਿਰ ਕਰਨ ਲਈ ਕੀਤਾ ਗਿਆ ਹੈ ਉਹ ਗਾਜ਼ਾ ਦੇ ਇੱਕ ਹਸਪਤਾਲ 'ਚ ਵੱਡੇ ਬੰਬ ਧਮਾਕੇ ਮਗਰਾਂ ਵਾਈਡਨ ਹੋਰ ਆਪਣਾ ਜਾਰਡਨ ਦਾ ਦੌਰਾ ਰੱਦ ਕਰ ਦਿੱਤਾ ਇਸ ਦੌਰਾਨ ਉਹਨੇ ਉਥੇ ਜਾਰਡਨ ਮਿਸਰ ਤੇ ਫਿਲਸਤੀਨ ਦੇ ਨੇਤਾਈ ਕੰਨ ਫਿਲਸਤੀਨੀ ਅਧਿਕਾਰੀਆਂ ਸੇ ਲਵਾਏ ਜਾਣ ਵਾਲੇ ਇੱਕ ਸੰਮੇਲਨ ਦੌਰਾਨ ਮੁਲਾਕਾਤ ਕਰਨੀ ਹੀ ਵਾਈਟ ਹਾਊਸ ਨੇ ਇੱਕ ਬਿਆਨ 'ਚ ਆਖਿਆ ਜੇ ਵਾਈਡਨ ਹੋਰ ਤੋ ਲੱਗੇ ਇਹਨੇ ਨੇਤਾਈ ਕੰਨ ਮੁਲਾਕਾਤ ਕਰਨਗਨ ਤੇ ਉਹਨੇ ਲਈ ਦਿਨੇ 'ਚ ਨਿਯਮਿਤ ਤੌਰ 'ਤੇ ਸਿੱਧੇ ਉੰਦੇ ਕਨਾਂ ਜੁੜਦੇ ਰੰਗਨ ਜਾਰਡਨ ਦੀ ਇੱਕ ਅਧਿਕਾਰੀ ਨੇ ਆਖਿਆ ਜੀ ਸਾਰੇ ਪੱਖੇ ਇਸ ਸੰਮੇਲਨ ਦੀ ਰਕ ਕਰਨੀ ਉੱਪਰ ਸਹਿਮਤੀ ਦਿਤਾਈਏ ਕਿ ਜੀ ਉਹਦਾ ਮੰਨਣਾ ਹੈ ਜੀ ਮੌਜੂਦਾ ਅਲਾਚ 에ਲੀਸ਼ਾ ਕਿਸ ਵੀ ਆਸਲ ਨਹੀਂ ਕੀਤਾ ਜਾ ਸਕਦਾ ऑपरेशन आजदी के तहत 286 यात्री जिंदेचे 18 नेपाली नागरिक भी शामिल न एक विशेष डुवारी राय कल रात इजराइल थमा नामे दिल्ली पहुंचे पार्थ ने इस जंगी क्षेत्र थमा अपने नागरिके की सुरक्षित कड्डी आनने ली ऑपरेशन आजदी शुरू कितेदा इजराइल ते फिलिस्तीन दे आतंकवादी संगठन अमास वशकार जंग 12वें दिन चे दाखिल होई गई है तो इजराइल दे रक्षा बल दे अखने जे गाजा दे सिटी अस्पताल च होई दे धमाके च ओदा कोई अथ नहीं है जेदे च सैकड़ों लोग मारे गए न ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋ ਰੱਖਿਆਜੀ ਗਾਜ਼ਾ ਦੇ ਅਲ ਅਹਿਲੀ ਹਸਪਤਾਲ ਸੇ ਹੋਈ ਦੇ ਬੰਬਤਮਾ ਕਿਚੇ ਕਈ ਲੋਗੇ ਦੀ ਜਾਨ ਚਲੀ ਜਾਣੇ ਕੰਨ ਹੈ ਉਹਨੇ ਕਿ ਡੂੰਗਾ ਸਦਮਾ ਪੁਝਾ ਹੈ ਉਹਨੇ ਮਰਨੇ ਵਾਲੇ ਪਰਿਵਾਰਿਕ ਵਾਲੇ ਕੰਨ ਦਿੱਲੀ ਅਮਦਦੀ ਤੇ ਸੋਗ ਵਿਅਕਤ ਕੀਤਾ ਉਹਨੇ ਜ਼ਖਮੀ ਦੀ ਤੋਲੇ ਨਰੋਇਓ ਨੇ ਦੀ ਕਾਤਮਾ ਕੀਤੀ ਉਹਨੇ ਕਿ ਇਸ ਅਮਲੇ ਚ ਸ਼ਾਮਲ ਲੋਕਾਂ ਕੀ ਬਖਸ਼ਾ ਨਹੀਂ ਜਾਣਾ ਚਾਹੀਦਾ ਖਾਣੇ ਪੀਣ ਵਾਲੀ ਚੀਜ਼ਾਂ ਕੀ ਡੱਬਾਬੰਦ ਕਰਨ ਵਾਲੇ ਉਦਯੋਗੀ ਜਲਸ਼ਕਤੀ ਮਹਿਕਮੇ ਦੇ ਕੇਂਦਰੀ ਰਾਜ ਮੰਤਰੀ ਪ੍ਰਲਾਦ ਸਿੰਘ ਪਟੇਲ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਜੀ ਭਾਰਤ ਸਦਨੇਸ਼ਾ ਤੋਲੇ ਅੱਗੇ ਵਧਣ ਵਾਲੀ ਅਰਥਵਿਵਸਥਾ ਵਿੱਚ ਸ਼ਾਮਿਲ ਹੈ ਜਿੱਥੇ ਰਾਸਪੂੰਜੀ ਲਾਣ ਦੇ ਕਈ ਮੌਕੇ ਨੇ ਉਹਨਾਂ ਅਖਿਆ ਜੀ ਚੀਚੀ ਤੌਰ 'ਤੇ ਖਾਣ-ਪੀਣ ਵਾਲੀ ਚੀਜ਼ਾਂ ਕੰਨਾਂ ਜੋੜੇ ਦੇ ਖੇਤਰ ਵਿੱਚ ਮਤੀ ਸੰਭਾਵਨਾ ਮਜ਼ਦੂਰ ਨੇ ਅੱਜ ਨਵੀਂ ਦਿੱਲੀ 'ਚ ਵਿਸ਼ਵ ਖਾਦੇ ਭਾਰਤ 2023 ਦੇ ਦੋਵੇਂ ਸੰਸਕਰਣ ਕੀ ਸੰਬੋਧਿਤ ਕਰਦੇ ਹੋਏ ਨੇ ਅਖਿਆ ਜੀ ਇਹ ਆਲਮੀ ਸਥਾਪ ਉੱਪਰ ਇਸ ਖੇਤਰ 'ਚ ਭਾਰਤ ਦੀ ਸਮਤ ਸਾਰਿਆਂ ਦੇ ਸਾਹਮਣੇ ਪੇਸ਼ ਕਰਨੇ ਦਾ ਇੱਕ ਮੰਚ ਹੈ ਉਹਨੇ ਅਖਿਆ ਜੀ ਇਹ ਇੱਕ ਨਿਆ ਮੌਕਾ ਹੈ ਜਿੱਥ ਗ੍ਰਹਿ ਮੰਤਰਾਲੇ ਵਿਭਾਗ ਤੇ ਉੱਤੇ ਉਹਦੇ ਕਨੇ ਜੁੜੇ ਦੀਆਂ ਖੁਦ ਮੁਖਤਿਆਰ ਇਕਾਈਆਂ ਕਿੱਥੇ ਰਲੀਏ ਇਸਾ ਲੈ ਕਰਦੀਆਂ ਨੇ ਉਹਨੇ ਆਖਿਆ ਜੀ ਅਜੇ ਥੋੜੀ ਤਰੀਂਹੀ ਰਾਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ 16 ਦੇਸ਼ੇ ਥਮਾ ਇਸਾ ਲੈਨੇ ਆਲੇ ਇਹਦੇ ਚ ਸ਼ਾਮਿਲ ਉਹਨੇ ਅਸਤੇ ਆਪਣੀ ਰਜਾਮੰਦੀ ਦੇ ਦਿੱਤੀ ਹੈ ਤੇ ਆਉਣ ਵਾਲੇ ਦਿਨੇ ਇਹ ਗਿਣਤਰੀ ਹੋਰ ਬੰਦੇ ਦੀ ਮੇਦ ਹੈ ਉਹਨੇ ਆਖਿਆ ਜੀ ਬਾਹਰਲੇ ਮੁਲਕੇ ਥਮਾ 10 ਮੰਤਰਾਲੇ ਤੇ ਅਧਿਕਾਰਿਕ ਸਤਹ ਦੇ ਡੈਲੀਗੇਸ਼ਨ ਇਸ ਕਾਰਜਕ੍ਰਮ ਚ ਇਸਾ ਲੈ ਕਰਦੇ ਨੇ ਸਰਕਾਰ ਨੇ ਆਖਿਆ ਜੀ ਇਸ ਵਰੀ ਆਯੁਰਵੇਦ ਤਿਹਾੜਾ ਸਾਰੀ ਦੁਨੀਆ 'ਚ ਲਗਭਗ 100 ਮੁੱਲਕਿਆਂ 'ਚ ਮਨਾਇਆ ਜਾਗ ਇਹ ਤਿਹਾੜਾ ਇਸ ਸਾਲ 11 ਨਵੰਬਰ ਦੀ ਦਰਮੰਤਰੀ ਜਨਮ ਦਿਤੀ ਉੱਪਰ ਮਨਾਇਆ ਜਾਣਾ ਹੈ ਆਯੁਸ਼ ਮੰਤਰਾਲੇ ਦੇ ਸਚਿਵ ਵੈਦ ਰਾਜੀਸ਼ ਕੋਟੀਚਾ ਹੋਰੇ ਆਖਿਆ ਜੀ ਇਸ ਸਾਲ ਇਸ ਤਿਹਾੜੇ ਦਾ ਵਿਸ਼ੇ ਹੋਗ ਇੱਕ ਸੇਤ ਲਈ ਆਯੁਰਵੇਦ ਉਹਨੇ ਇਸ ਗੱਲ 'ਤੇ ਜ਼ੋਰ ਪਾਇਆ ਜੀ ਇਸ ਤਿਹਾੜੇ ਦੀ ਆਲਮੀ ਸੱਤ ਪਰ ਮਨਾਣੇ ਹੱਤੇ ਡਿਜੀਟਲ ਤਰੀਕਿਆਂ ਦਾ ਇਸਤੇਮਾਲ ਕਰਦੇ ਹੋਏ ਬਖ ਬਖ ਗਤੀਵਿਧੀਆਂ ਦੀ ਇਹਦੇ 'ਚ ਸ਼ਾਮਿਲ ਕੀਤਾ ਜਾ ਸਕਦਾ ਹੈ ਜੰਮੂ ਕਸ਼ਮੀਰ ਚ ਬੈਕ ਟੂ ਵਿਲੇਜ ਕਾਰਜਕ੍ਰਮ ਦਾ ਪੰਜਵਾਂ ਮਰਹਲਾ ਇਸ ਮਹੀਨੇ ਦੇ ਖੀਰਲੇ ਹਫਤੇ ਲਵਾਇਆ ਜਾਗਾ ਸਭ ਨੇ ਪ੍ਰਸ਼ਾਸਨਿਕ ਸਚਿਵੇ ਕੀ ਆਖਿਆ ਗਿਆ ਹੈ ਜੇ ਉਹ ਅਗਲੇ ਹਫਤੇ ਜ਼ਿਲ੍ਹਾ ਆਊਟਰੀਚ ਕਾਰਜਕ੍ਰਮ ਕਰਵਾਣ ਤਾਂ ਜੇ ਉੱਥੇ ਕਿਤੇ ਜਾ ਕੇ ਦੇ ਤਰੱਕੀ ਬਾਦੇ ਦੇ ਕੰਮੇ ਦੀ ਪ੍ਰਗਤੀ ਦਾ ਜਾਇਜ਼ਾ ਲੈਣੇ ਦੇ ਕੰਨੇ ਕੰਨੀ ਇਸ ਕਾਰਜਕ੍ਰਮ ਦੀਆਂ ਤਿਆਰੀਆਂ ਕੀ ਵੀ ਅੱਗੇ ਵਧਾਇਆ ਜਾ ਸਕਿਆ ਇਸ ਕਾਰਜਕ੍ਰਮ ਦੌਰਾਨ ਸਰਕਾਰੀ ਅਧਿਕਾਰੀ ਹਰ ਪੰਚਾਇਤ ਚ ਜਾਗਣ ਤੇ ਉੱਥੇ ਇੱਕ ਤੈਅ ਸਮੇਂ ਤੋੜੀ ਰਹੀਏ ਇਟਲੀ ਸਤਾ ਉੱਪਰ ਲੋਕੀ ਥਮਾ ਜਾਣਕਾਰੀ ਕੀਠੀ ਕਰਨਗਣ ਤਾਂ ਜੇ ਉਹਦੀ ਜ਼ਰੂਰਤ ਦੇ ਮੁਤਾਬਕ ਬਿਹਤਰ ਸੇਵਾ ਪਜਾਣੇ ਵਾਸਤੇ ਸਰਕਾਰ ਕੰਮ ਕਰ ਸਕੇ ਕ੍ਰਮਿਕ ਜਨ ਸ਼ਿਕਾਇਤਾਂ ਤੇ ਪੈਨਸ਼ਨ ਸਰਬੰਧੀ ਮਹਿਕਮੇ ਦੇ ਰਾਜ ਮੰਤਰੀ ਡਾਕਟਰ ਜਿਤੇਂਦਰ ਸਿੰਘ ਹੋਰ ਆਖਿਆ ਹੈ ਜੇ ਇਸ ਲਈ ਚਲਾ ਰਹੀ ਵਿਸ਼ੇਸ਼ ਸਵੱਛਤਾ ਮੁਹਿੰਮ 3.0 ਦੇ ਪਹਿਲੀ 2 ਹਫ਼ਤੇ ਦੌਰਾਨ ਸਰਕਾਰ ਨੇ ਕਵਾੜ ਵਿੱਚੀ 117 ਕਰੋੜ ਰੁਪਏ ਸ਼ਮਤੀ ਕਮਾਈ ਕੀਤੀ ਹੈ ਉਹਨੇ ਆਖਿਆ ਜੀ ਦੇਸ਼ ਦੀ ਕੋਈ 1.5 ਲੱਖ ਥਾਰੇ ਉੱਪਰ ਇਹ ਮੁਹਿੰਮ ਕਾਮਯਾਬੀ ਕਨੈ ਚਲਾ ਰਹੀ ਹੈ ਇਸ ਮੁਹਿੰਮ ਦੀ ਪ੍ਰਗਤੀ ਦੀ ਸਮੀਖਿਆ ਦੇ ਮਗਰਾ ਉਹਨੇ ਆਖਿਆ ਜੀ ਇਹ ਕਵਾੜ ਵਿੱਚੀ 32 ਲੱਖ ਵਰਗ ਫੁੱਟ ਜ਼ਮੀਨ ਦੀ ਸਾਫ਼ ਕੀਤਾ ਗਿਆ ਹੈ ਜਿਸ ਦੀ ਜ਼ਰੂਰੀ ਕਮੇਲੇ ਇਸਤੇਮਾਲ ਕੀਤਾ ਜਾ ਸਕਦਾ ਹੈ ਅੱਜ ਚੌਥਾ ਸ਼ਰਦੀ ਨਰਾਤਾ ਹੈ ਤੇ ਅਜੀ ਦੇ ਦਿਨ ਮਾਤਾ ਭਗਵਤੀ ਦੁਰਗਵੰ ਦੇ ਚੌਥੇ ਸੂਰਪ ਪਗਵਤੀ ਕੁਸ਼ਮਾਂਡਾ ਦੀ ਪੂਜਾ ਕੀਤੀ ਜਾਂਦੀ ਹੈ ਕੁਸ਼ਮਾਂਡਾ ਮਾਤਾ ਅਸ਼ਟਭੂਜਾ ਦੇਵੀ ਨੇ ਤੇ ਵਿਸ਼ਵਾਸ ਕੀਤਾ ਜਾਂਦਾ ਹੈ ਜੀ ਉਹ ਆਪਣੇ ਭਗਤਾਂ ਦੀ ਸਮਰiddhi ਦਿੰਦੀਆਂ ਨੇ ਸ਼ਰਧਾਲੂ ਨਰਾਤੇ ਕੀ ਬੜੇ ਗਿਆ ਸਮਾਰੋਹ ਪੁਰਵਕ ਤੇ ਮਤੀ ਉਤਸ਼ਾਹ ਕੰਨਿਆ ਮਨਾ ਕਰ ਦਿਨ ਨੇ टीटवाल कश्मीर च कब्जा रेखा पर नमे बनाए गए दे शादा मंदिर च पहली बारी नराते दी पूजा अर्चना कीती गई इस पूजा समारोह च देशा दे बक बक इस इथमा बड़ी मति गिनती च श्रद्धालु है ऐसा लेता देशा दी बंड दे 75 बरे पर्यंत इथे पूजा पहली बारी संपन्न हुई इस मौके स्वामी गोविंदानंद सरस्वती और हमपी थमा अपनी मति अनुयायी कने पूजा ले टिटवाल पूजे ही पूजा ज किस कश्मीरी पंडित भी शामिल ਸ਼ਾਰਦਾ ਮੰਦਿਰ 'ਚ ਸ਼ਾਮਲ ਹੋਏ ਜਿਨੇ ਚ ਮੁਖਤੂਰ ਪਰ ਕਸ਼ਮੀਰ ਫਾਈਲਸ ਜੇਪੂ ਮਿਕ ਅਨਵਾਨ ਵਾਲੇ ਪ੍ਰਸਿੱਧ ਥੀਏਟਰ ਕਰਮੀ ਇੱਕ ਹੀ ਰੈਨਾ ਵੀ ਸ਼ਾਮਲ ਹੈ ਸ਼ੇਵਾ ਸ਼ਾਰਦਾਸ ਕਮੇਟੀ ਦੇ ਪ੍ਰਮੁਖ ਤੇ ਸੰਸਥਾਪਕ ਰਵਿੰਦਰ ਪੰਡਿਤਾ ਮੌਜੂਦ ਇਸ ਥਾਂ 'ਤੇ ਪਹਿਲੇ ਇੱਕ ਮੰਦਿਰ ਤੇ ਗੁਰਦੁਆਰਾ ਮੌਜੂਦ ਹਾ ਜਿਨੇ ਕੀ ਸਨ 1947 ਚ ਕਵਾਇਲੀਆਂ ਦੇ ਅਮਲੇ ਪਰ ਸਾੜੀ ਹੋ ਕੇ ਦਿੱਤਾ ਗਿਆ ਹਾ ਨਵੇਂ ਮੰਦਿਰ ਤੇ ਗੁਰਦੁਆਰੇ ਦਾ ਨਿਰਮਾਣ ਜ਼ਮੀਨ ਦੇ ਉਸੇ ਟੋਟੇ ਪਰ ਪੁਰਾਣੇ ਨਿਰਮਾਣ ਦੇ ਨਮੂਨੇ ਅਸਾਬੇ ਗਿਆ ਕੀਤਾ ਗਿਆ ਜਿੰਦਾ ਉਦਘਾਟਨ ਇਸ ਬਾਰੇ 23 ਮਾਰਚ ਦੀ ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਓਰ ਨੇ ਕੀਤਾ ਹਾ ਆਮ ਤੌਰ ਪਰ ਪੱਜੜਗੀ ਸੈਲਾਨੀ ਰੂਤੇ ਦੇ ਮੁਕਨੇ ਦੇ ਤੌਰ ਉਪਰ ਦਿਖਿਆ ਜਾਂਦਾ ਪਰ ਇਸ ਵਾਰੀ ਅਕਤੂਬਰ ਮਹੀਨੇ ਗੈ ਬਰਫਵਾਰੀ ਕਨੈਪਾ ਦਰਵਾਜੇ ਸੈਲਸਫਾ ਉਦਯੋਗ ਚ ਇੱਕ ਨਵੀਂ ਜਾਨ ਆਈ ਗਈ ਹੈ ਕਿ ਜੇ ਇਹਦੇ ਕਨੈ ਸੈਲਸਫਾ ਉਦਯੋਗ ਕਨੈ ਜੁੜੇ ਦੇ ਲੋਕਾਂ ਕੀ ਮਤਾ ਫਾਇਦਾ ਹੋਣੇ ਦੀ ਮਿਹਤ ਬਣੀ ਪਈ ਹੈ ਪਿਛਲੇ 2 ਦਿਨ ਦੇ ਦੌਰਾਨ ਤਾਜ਼ਾ ਬਰਫਵਾਰੀ ਮਗਰਾ ਬੜੀ ਮਤੀ ਗਿੰਤ ਜੇ ਸੈਲਾਨੀ ਇਨੇ ਇਲਾਕੇ ਚ ਇੱਚਾ ਕਰੀਏ ਪਦਰਵਾ ਪਠਾਨਕੋਟ ਜਨਾਲੀ ਸਿੜਕਾ ਉਪਰ ਗੋਲਦੰਦਾ ਤੇ ਛਤਰਗਲਾ ਥਾਰੇ ਹੋਣੇ ਵਾਲੇ ਸ਼ੁਰੂ ਕਰ ਦਿੱਤਾ ਹੈ ਕਿ ਜੇ ਇਨੇ ਥਾਰੇ ਬਰਫੂਦੀ ਚਿੱਟੀ ਚਾਦਰ ਬਿਸ਼ਗੇਰੀ ਹੈ ਤਾਜ਼ਾ ਬਰਬਾਰੀ ਮਗਰ ਸੈਲਾਨੀ ਦੀ ਆਮਦ ਕਰਨੇ ਉੱਚੀ ਥਾਰੇ ਉਪਰ ਆਰਜੀ ਦੁਕਾਨਾ ਲਾਣੇ ਵਾਲੇ ਲਈ ਵੀ ਕਮਾਈ ਦੇ ਮੌਕੇ ਔਰ ਵਧ ਗਏ ਨੇ ਗਲੋਬਲ ਹੈਲਪਿੰਗ ਹੈਂਡ ਨੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਨਰਾਇਣਾ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਸਹਿਯੋਗ ਕਰਿਆ ਜੰਮੂ ਦੇ ਜਗਤੀ ਥਾਰ ਸਥਿਤ ਸਰਕਾਰੀ ਉਪ ਜ਼ਿਲ੍ਹਾ ਹਸਪਤਾਲ ਚ ਨਿਸ਼ੁਲਕ ਮਲਟੀ ਸਪੈਸ਼ਲਿਟੀ ਹੈਲਪ ਕੈਂਪ ਦਾ ਸਰੀਸਤਾ ਕੀਤਾ ਇਸ ਕੈਂਪ ਦਾ ਉਦਘਾਟਨ ਡਿਪਟੀ ਡਾਇਰੈਕਟਰ ਸੰਜੇ ਸ਼ਰਮਾ ਤੇ ਰਿਲੀਫ ਆਰਗੇਨਾਈਜੇਸ਼ਨ ਜੀਐਨਕੇ ਦੇ ਏਸੀਆਰ ਡਾਕਟਰ ਰਿਆਜ ਹੋਰੇ ਗਲੋਬਲ ਹੈਲਪਿੰਗ ਹੈਂਡ ਦੇ ਚੇਅਰਮੈਨ ਜਤਿਨ ਭੱਟ ਦੀ ਮੌਜੂਦਗੀ ਚ ਕੀਤਾ ਇਸ ਮੌਕੇ ਚੇਅਰਮੈਨ ਜਤਿਨ ਭੱਟ ਹੋਰੇ ਇਸ ਗੱਲ ਪਰ ਜ਼ੋਰ ਪਾਇਆ ਜੀ ਉੰਦਾ ਸੰਗਠਨ ਜੰਮੂ ਕਸ਼ਮੀਰ ਥਾਾਂ ਰੋਗੀਆਂ ਦੀ ਖਾਤਮੇ ਲਈ ਸਮਰਪਿਤ ਹੈ ਉਹਨੇ ਆਖਿਆ ਜੀ ਜੰਮੂ ਕਸ਼ਮੀਰ ਕੀ ਰੋਗ ਮੁਕਤ ਕਰਨੇ ਹੱਤੇ ਪਹਿਲੀ ਮਹੱਤਵਪੂਰਨ ਗੈਂ ਰੋਗੀਆਂ ਦਾ ਪਤਾ ਲਾਣਾ ਹੈ ਹੈਲਥ ਕੇਅਰ ਦੀ ਮਾਹਿਰਾਂ ਦੀ ਸਮਰਪਿਤ ਟੀਮ ਨੇ ਜਗਤੀ ਕੈਂਪ ਚ ਮਤੀ ਗਿੰਤਰੀ ਚ ਆਏ ਲੋਕਾਂ ਕੀ ਵਿਆਪਕ ਤੌਰ ਪਰ ਮੁਕਤ ਸਰਕਾਰੀ ਡਾਕਟਰੀ ਸੇਵਾਵਾਂ ਦੇ ਅਲਾਵਾ ਬਖ ਬਖ ਵਿਸ਼ਿਸ਼ਟਤਾਈਂ ਅਲਾ ਡਾਕਟਰੀ ਪਰਾਮਾਰਸ਼ ਵੀ ਦਿੱਤਾ ਡੋਗਰੀ ਖਬਰਾਂ ਦੇ ਇਸ ਬੁਲੇਟਿਨ ਚ ਬਸ ਇੰਨਾ ਗਿਆ ਦਿਓ ਇਜਾਜ਼ਤ ਨਮਸਕਾਰ